मेरा नाम किशन देव, मैं पुजारी। सवेरे 5 बजे दरवाजा खोला, खोलते वक्त सबसे पहले शंकर जी के आगे जो गल्ला था वो नजर नहीं आया। उसे देखा तो पीछे पड़ा हुआ है, बगलामुखी माता का दरवाजा टूटा हुआ है, उनके गले में सेहरा पड़ा हुआ है, वो सेहरा भी गायब है। यहाँ एक गल्ला छोटा रखा हुआ था सारी करके, वो अंदर रखा हुआ था राम दरबार वाला दरवाजा तोड़ के, और वो गल्ला भी खाली करके चले गए। पीछे से आए फिर तो हमने बाबू जी को फोन किया कि बाबू जी चोरी हो गई है। कितने लड़के थे? नहीं, देखने में यक्के नजर आ रहे हैं, कैमरे में यक्के नजर आ रहे हैं। दोनों लग सकता दान बेटी लगी है, कुछ भी काम नहीं। मेरा नाम जी सुरेंद्र अरोड़ा। ਮੈਨੂੰ ਸਵੇਰੇ 5 ਵਜੇ ਪੰਡਿਤ ਜੀ ਨੇ ਜਦੋਂ ਮੰਦਰ ਖੋਲਿਆ ਮੈਨੂੰ ਇਹਨਾਂ ਦਾ ਫੋਨ ਆਇਆ। ਮੈਂ ਇਹਨਾਂ ਦਾ ਜਦੋਂ ਵੀ 5 ਵਜੇ ਮੈਨੂੰ ਫੋਨ ਆਉਂਦਾ ਤੇ ਮੈਂ ਉਹ ਹੀ ਕਹਿੰਦਾ ਪੰਡਿਤ ਜੀ ਅੱਜ ਫਿਰ ਕੰਮ ਹੋ ਗਿਆ। ਇਹੋ ਹੀ ਸ਼ਬਦ ਬੋਲੇ ਮੈਂ ਪੰਡਿਤ ਜੀ ਨੂੰ ਪੁੱਛ ਲੈਣਾ ਕਿ ਲਗਾਤਾਰ 6 ਮਹੀਨੇ ਤੋਂ ਇੱਥੇ ਚੋਰੀਆਂ ਹੋ ਰਹੀਆਂ ਨੇ, ਮਹੀਨੇ 'ਚ 3-3 ਵਾਰੀ ਚੋਰੀ ਹੋਈ ਹੈ। ਅਸੀਂ ਪੁਲਿਸ ਕੋਲ ਜਾਂਦੇ ਹਾਂ, ਪੁਲਿਸ ਕੋਲ ਬੰਦਾ ਵੀ ਪਕੜਾਇਆ ਔਰ ਇਹ ਕੋਈ ਕਾਰਵਾਈ ਨਹੀਂ ਹੁੰਦੀ ਬਈ। ਮੈਂ ਅੱਜ ਔਰ ਅਸੀਂ ਇੰਨਾ ਕੁਛ ਹੋਣ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਕਿਲੇਬੰਦੀ ਕੀਤੀ ਹੈ ਆਪਣੇ ਮੰਦਰ ਦੀ ਕਿ ਯਾਰ ਕਿੱਧਰੋਂ ਆਉਂਦਾ ਵਾ, ਔਰ ਗੱਲੇ ਤੱਕ ਅਸੀਂ ਬਦਲੇ ਨੇ। ਲੇਕਿਨ ਇੰਨੀ ਹਿੰਮਤ ਹੈ ਕਿਉਂਕਿ ਪੁਲਿਸ ਦਾ ਕੋਈ ਖੌਫ ਹੀ ਨਹੀਂ ਹੈ ਕਿ ਕਿਸੇ ਦੇ ਉੱਤੇ, ਚੋਰਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਬੰਦਾ ਅਸੀਂ ਜਾਂਦੇ ਹਾਂ, ਐਪਲੀਕੇਸ਼ਨ ਦਿੰਦੇ ਹਾਂ, ਹੋ ਜਾਏਗਾ ਜੀ, ਹੋ ਜਾਏਗਾ ਜੀ, ਹੋ ਜਾਏਗਾ ਜੀ। ਬੰਦਾ ਵੀ ਫੜਿਆ ਜੀ ਇਹਨਾਂ ਨੇ, ਉਹਦੇ 'ਤੇ ਕੋਈ ਚੋਰੀ ਦਾ ਨਹੀਂ ਪਾਇਆ, ਬੈਡ ਐਲੀਮੈਂਟ ਦਾ ਪਾ ਕੇ ਇਹਨਾਂ ਨੇ ਹਫ਼ਤੇ ਬਾਅਦ ਕਹਿਤਾ ਉਹ ਆ ਗਿਆ ਜੀ, ਬਾਹਰ ਆ ਗਿਆ ਜੀ, ਖਤਮ ਹੋ ਗਿਆ ਜੀ। ਹਜ਼ਾਰ ਦੀ ਚੋਰੀ ਹੋਈ ਹੈ, ਇਹਦਾ ਮਤਲਬ ਹੈ ਕਿ ਕਤਲ ਹੋਏਗਾ ਤੇ ਫਿਰ ਤੁਸੀਂ ਉਹਨੂੰ ਪਕੜੋਗੇ ਇੱਕ ਮੁਜਰਮ ਨੂੰ ਕਿ ਜੀ ਇਹਨੂੰ ਸੱਟ ਲੱਗੀ ਹੈ, ਹੈਂ ਇਹਨੂੰ ਸੱਟ ਲੱਗੀ ਹੈ ਤੇ ਕੋਈ ਨੀ ਇਹਦੇ ਡਾਕਟਰ ਦੇ ਲੈ ਜਾਓ ਠੀਕ ਹੋ ਜਾਏਗਾ। ਜੇ ਇਹੋ ਤੁਸੀਂ ਉਹ ਚੋਰ ਨੂੰ ਪਕੜੋਗੇ 5-10 ਹਜ਼ਾਰ ਦੀ ਚੋਰੀ ਆ, ਇਹ ਤੇ ਸਾਨੂੰ ਗਿਣਤੀ ਕੋਈ ਨਹੀਂ ਹੁੰਦੀ, ਸਾਨੂੰ ਕੋਈ ਗਿਣਤੀ ਨਹੀਂ ਹੁੰਦੀ ਕਿ ਉਹ ਮਹੀਨੇ ਬਾਅਦ ਅਸੀਂ ਇਹਨੂੰ ਗੱਲਾਂ ਖੋਲਨੇ ਆ। ਔਰ ਇੱਕ ਕੰਪਲੈਕਸ ਤੁਸੀਂ ਆਪਣੇ ਬਾਈਟ ਰਾਹੀਂ ਦਿਖਾਓ ਇਹਨਾਂ ਨੂੰ ਸਾਰਾ, ਆਪਣੇ ਕੈਮਰੇ ਰਾਹੀਂ ਦਿਖਾਓ ਕਿ ਕਿੰਨੇ ਇਹਦੇ 'ਚ ਮੰਦਰ ਹੈ, ਔਰ ਹਰ ਜਗ੍ਹਾ ਗੱਲੇ ਲੱਗੇ ਨੇ। ਅਸੀਂ ਹਰ ਮਹੀਨੇ ਬਾਅਦ ਇਹਨੂੰ ਖੋਲਨੇ ਆ। ਇਹ ਸਾਨੂੰ ਪੁੱਛਦਾ ਜੀ ਕਿੰਨੀ ਚੋਰੀ ਹੋਈ ਤੁਹਾਡੀ, ਹੁਣ ਅਸੀਂ ਗਿਣਤੀ ਕੋਈ ਗਿਣਤੀ ਨਹੀਂ ਹੁੰਦੀ, ਭਗਤ ਕੀ ਦੇ ਜਾਂਦੇ ਨੇ ਇਹ ਤੇ ਮਹੀਨੇ ਬਾਅਦ ਹੀ ਸਾਨੂੰ ਪਤਾ ਲੱਗਦਾ ਨਾ। ਦੇਖੋ ਜੀ ਅਸੀਂ ਤੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਅਸੀਂ ਦੇਖੋ ਇੱਕ ਸ਼ਾਂਤਮਈ ਸ਼ਹਿਰੀ ਹਾਂ, ਅਸੀਂ ਕੋਈ ਨੇਤਾ ਨਹੀਂ, ਕੋਈ ਲੀਡਰ ਨਹੀਂ ਕਿ ਜਿਹੜਾ ਕੋਈ ਅਸੀਂ ਕੋਈ ਵੋਟਾਂ ਲੈਣੀਆਂ, ਕੋਈ ਲੋਕਾਂ ਦੇ ਅੱਗੇ ਕੋਈ ਕਰਕੇ ਦਿਖਾਉਣਾ। ਅਸੀਂ ਤੇ ਮੰਦਰ ਦੇ ਸਾਰੇ ਸੇਵਾਦਾਰ ਹਾਂ। ਜੇ ਇਹਨਾਂ ਨੇ ਇਹਨਾਂ ਨੂੰ ਬੰਦਾ ਵੀ ਦੇ ਦਿੱਤਾ, ਉਹਦੀ ਫੋਟੋ ਵੀ ਦੇ ਦਿੱਤੀ ਹੈ, ਫੁਟੇਜ ਵੀ ਦੇ ਦਿੱਤੀ ਹੈ, ਇਸ ਤੋਂ ਵੱਡਾ ਕੀ ਸਬੂਤ ਦੇ ਸਕਦੇ ਹਾਂ? ਅੱਜ ਦੁਪਹਿਰ ਤੱਕ ਜੇ ਪਰਚਾ ਨਾ ਹੋਇਆ, ਜੇ ਸ਼ਾਮ ਤੱਕ ਇਹਨਾਂ ਨੇ ਉਹਨੂੰ ਨਾ ਫੜਿਆ, ਚਲੋ ਇੱਕ ਦਿਨ ਹੋਰ ਲੱਗ ਜਾਂਦਾ ਕਿਉਂਕਿ ਚੋਰ ਨੇ ਹੁਣ ਆਪਣੇ ਟਿਕਾਣੇ ਬਦਲਨੇ ਆ। ਇਹ 2 ਦਿਨ ਦਾ ਟਾਈਮ ਹੈ, 2 ਦਿਨ ਬਾਅਦ ਨਹੀਂ ਇਹਨਾਂ ਨੇ ਕੁਛ ਕੀਤਾ, ਫਿਰ ਸਾਰੀ ਕਮੇਟੀ ਬੈਠੇਗੀ, ਸਾਰੀ ਸੰਗਤ ਬੈਠੇਗੀ, ਫਿਰ ਅਸੀਂ ਇਹਨਾਂ ਨੇ ਕੀ ਕਰਾਂਗੇ? ਥਾਣੇ ਦੇ ਬਾਹਰ ਜਾ ਕੇ ਬੈਠ ਜਾਵਾਂਗੇ? ਦੇਖੋ ਜੀ ਅਸੀਂ ਕੋਈ ਨਾ ਇਹਦੇ 'ਚ ਹਿੰਦੂ ਸੰਗਠਨ, ਅਸੀਂ ਕੋਈ ਇਹਦੇ 'ਚ ਪੋਲੀਟੀਕਲ ਬੰਦਾ ਕੋਈ ਨਹੀਂ ਵੀ ਚਵਾੜਨਾ। ਇਹ ਤੁਹਾਡੇ ਰਾਹੀਂ ਅਸੀਂ ਜਿਹੜਾ ਨਾ, ਤੁਸੀਂ ਇੱਕ ਸੋਸ਼ਲ ਮੀਡੀਆ ਇੱਕ ਛੋਟੀ ਸਟਰੈਂਥ ਨਹੀਂ ਆ, ਅਸੀਂ ਕੋਈ ਇਹਦੇ 'ਚ ਅਸੀਂ ਇਹਦੇ ਰਾਹੀਂ ਤੁਹਾਡੇ ਰਾਹੀਂ ਇਹ ਬੀਬੀ ਸਾਡੇ ਜਿਹੜੇ MLA ਨੇ ਇਸ ਹਲਕੇ ਦੇ, ਮੈਂ ਤੇ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਤੱਕ ਗੱਲ ਪਹੁੰਚ ਜਾਏ, CP ਸਾਹਿਬ ਨੂੰ ਪਹੁੰਚ ਜਾਏ, ਸਾਡੇ ਜਿਹੜੇ CM ਮਾਨ ਭਗਵੰਤ ਮਾਨ ਨੇ,
ਮੈਂ ਉਹਨਾਂ ਦੇ ਵੀ ਹੱਥ ਜੋੜ ਕੇ ਬੇਨਤੀ ਕਰਨਾ ਕਿ ਮੰਦਰਾਂ ਦੀ ਤੇ ਰੱਖਿਆ ਕਰੋ। ਇਹ ਕੀ ਹੋ ਰਿਹਾ ਸਾਡੇ ਮੰਦਰਾਂ 'ਚ? ਮਹੀਨੇ 'ਚ ਤਿੰਨ ਤਿੰਨ ਵਾਰੀ ਚੋਰੀਆਂ, ਅਸੀਂ ਬੰਦਾ ਫੜਾਉਂਦੇ ਹਾਂ, ਉਹ ਕਹਿੰਦੇ ਕੀ ਜੀ ਤੁਹਾਡੀ ਚੋਰੀ 5,000 ਦੀ 10,000 ਦੀ, ਅਸੀਂ ਕਿੰਨੀ ਦੇਰ ਅੰਦਰ ਰੱਖ ਸਕਦੇ ਹਾਂ? ਔਰ ਮੇਰੇ ਕੋਈ ਦੇਖੋ, ਜੋ ਮੇਰੇ ਅੰਦਰ ਰੋਸ਼ ਹੈ ਨਾ, ਮੇਰੇ ਕੋਲ ਘਰ ਦੀ ਚੋਰੀ ਨਹੀਂ, ਮੇਰੀ ਕੋਈ ਕੋਠੀ 'ਚ ਨਹੀਂ ਕੋਈ ਚੋਰੀ ਹੋਈ। ਇਹ ਪਬਲਿਕ ਦੇ ਪਤਾ ਤਾਂਦੇ ਨੇ, 2 ਪਾਉਂਦਾ ਕੋਈ 5 ਪਾਉਂਦਾ, ਔਰ ਇਹਨਾਂ ਦੇ ਕਰਮ ਦੇਖੋ ਜਿਹੜੇ ਕੰਮ ਕਰਦੇ ਨੇ। ਉਹੀ ਹੈ ਜੀ, ਉਹੀ ਹੈ। ਅਸੀਂ ਮੈਂ ਫੋਟੋ ਵੀ ਦਿੱਤੀ ਹੈ, ਅੱਜ ਦੀ ਵੀ ਫੁਟੇਜ 'ਚ ਤੁਸੀਂ ਉਹਨੂੰ ਮਿਲਾ ਲਓ, ਫਿਰ ਨਾ ਪੁਲਿਸ ਫੜੇ ਤੇ ਕਿੰਨੀ ਨਾਕਾਮੀ ਹੈ, ਕਿੰਨੀ ਨਾਕਾਮੀ ਹੈ। ਇਹ ਅਸੀਂ 3 ਦਿਨਾਂ ਬਾਅਦ ਇਹਨਾਂ ਨੇ 2 ਦਿਨ, ਮੈਂ ਕਹਿੰਦਾ 3 ਦਿਨ, ਚਲੋ ਅੱਜ 15 ਅਗਸਤ ਹੈ, ਪੁਲਿਸ ਬਿਜ਼ੀ ਹੈ, ਅਸੀਂ ਪੁਲਿਸ ਨੂੰ ਅਸੀਂ ਨਹੀਂ ਤੰਗ ਕਰਨਾ ਚਾਹੁੰਦੇ, ਚਲੋ ਆਪਣੀ ਬੇਨਤੀ ਤੇ ਅਸੀਂ ਪੁਲਿਸ ਨੂੰ ਦੇਣੀ ਹੈ ਨਾ, ਆਪਣੀ ਐਪਲੀਕੇਸ਼ਨ ਉਹਨੂੰ ਦੇਣੀ ਹੈ ਕਿ ਸਾਡੇ ਨਾਲ ਇਹ ਵਾਪਰ ਰਿਹਾ, ਔਰ ਅੱਜ ਦਾ ਨਹੀਂ ਵਾਪਰ ਰਿਹਾ। ਅਸੀਂ 3 ਦਿਨਾਂ ਬਾਅਦ ਸਾਰੀ ਕਮੇਟੀ ਬੈਠੇਗੀ, ਉਹਦੇ ਬਾਅਦ ਸਾਰੀ ਸੰਗਤ ਬੈਠੇਗੀ, ਅਸੀਂ ਸ਼ਾਂਤਮਈ ਇਹਨਾਂ ਦੇ ਖਾਣੇ ਦੇ ਬਾਹਰ ਜਾ ਕੇ ਬਹਿ ਜਾਣਾ ਜੇ ਇਹਨਾਂ ਨੇ ਨਾ ਕੋਈ ਐਕਸ਼ਨ ਲਿਆ। ਮਾਮਲਾ ਜਾਂਚ ਹੋ ਰਹੀ ਹੈ ਜੀ, ਦੇਖਦੇ ਹਾਂ ਕੀ ਚੋਰੀ ਆ। ਕੋਸ਼ਿਸ਼ ਕੀਤੀ ਆ ਗੱਲਾਂ ਨਹੀਂ ਭੱਜਾ ਲਵਾਂ, ਗੱਲਾਂ ਉਹ ਉੱਥੇ ਪਿਆ ਉਹਦਾ ਤਾਲਾ ਨਹੀਂ ਟੁੱਟਾ, ਤੇ ਦੂਜਾ ਗੱਲਾ ਉਹ ਕੁਛ ਲਿਆ ਹੀ ਨਹੀਂ। ਰਾਤ ਦੀ ਘਟਨਾ ਜੀ, 12 ਵਜੇ 1 ਤੋਂ ਬਾਅਦ ਹੀ ਹੈ। ਮੈਂ ਤੇ ਅੱਜ ਮੈਨੂੰ ਹੁਣ ਪਤਾ ਲੱਗਾ, ਮੈਂ ਉਸੇ ਵੇਲੇ ਆ ਗਿਆ ਜੀ, ਆਪਣੀ ਜਾਂਚ ਕਰ ਰਿਹਾ। ਚਲੋ ਮੈਂ ਪੁੱਛਦਾ, ਉਹਨਾਂ ਨੇ ਪੁੱਛ ਕੇ ਚੱਲ ਰਹੀ ਹੈ ਜੀ, ਪਹਿਲਾਂ ਮੈਂ ਵੇਖਣਾ ਆਲਾ ਦੁਆਲਾ ਕੀ ਚੋਰੀ ਹੋਇਆ। ਮੈਂ ਤਾਂ ਇਹ ਬੰਦਾ ਫੜਿਆ ਨਹੀਂ ਜੀ, ਮੈਂ ਤਾਂ ਫੋਟੋ 'ਚ ਮਿਲ ਗਈ ਹੈ, ਮੈਂ ਫੋਟੋ ਦੇ ਰਾਹੀਂ ਮੈਂ ਉਹਨੂੰ ਫੋਟੋ ਤੇ ਮਿਲੀ ਤੇ ਮੈਂ ਉਹਨੂੰ ਫੜ ਲੈਣਾ। ਹਾਂਜੀ, ਪੈਸੇ ਆਪਣੇ ਜਾਂਚ ਚੱਲ ਰਹੀ ਹੈ ਜੀ, ਉਹ ਮੰਦਰ ਗੱਲਾਂ ਨਹੀਂ ਟੁੱਟਾ ਨਾ।